ਨਹੀਂ ਦੀ ਕੋਈ ਸ਼ਰਾਰਤ ਹੀ ਸ਼ਰਾਰਤ ਕਰ ਗਿਆ ਹੁਣ ਕਹਿ ਸਕਦੇ ਨੇ ਜੀ ਕਿ ਜਦ ਜਦੋਂ ਪਤਾ ਲੱਗਦਾ ਹੈ ਕਿ ਅੱਗ ਲੱਗ ਗਈ ਕਿੰਨਾ ਕੁ ਦੁੱਖ ਹੋਇਆ ਬੜਾ ਦੁੱਖ ਹੋਇਆ ਜੀ ਕੀ ਕਰ ਰਿਹਾ ਜਿਨ੍ਹਾਂ ਨੇ ਬੜੀ ਮੁਸ਼ਕਲ ਦੇ ਨਾਲ ਫਸਲ ਪਾਲੀ ਹੈ 35,000 ਠੇਕੇ ਨੂੰ ਲੈ ਕੇ ਜ਼ਮੀਨ ਜਿਹੜੀ ਉਸਦੇ ਵਿੱਚ ਫਸਲ ਉਗਾਈ ਉਸ ਤੋਂ ਬਾਅਦ ਜਦੋਂ ਕਣਕ ਕੱਟ ਕੇ ਉਹਦੀ ਤੂੜੀ ਬਣਾ ਕੇ ਘਰ ਲੈ ਕੇ ਆਏ ਤਾਂ ਇੱਥੇ ਕਿਸੇ ਸ਼ਰਾਰਤੀ ਅਨਸਰ ਨੇ ਉਸ ਤੂੜੀ ਨੂੰ ਅੱਗ ਲਾ ਦਿੱਤੀ ਆਹ ਟਰੈਕਟਰ ਸੀ ਅੱਛਾ ਆਹ ਟਰੈਕਟਰ ਦੱਸਿਆ ਜਾ ਰਿਹਾ ਕਿ ਅੱਗ ਦੀ ਲਪੇਟ ਦੇ ਵਿੱਚ ਆ ਗਿਆ ਸੀ ਜਦੋਂ ਇਹ ਟਰੈਕਟਰ ਉਸ ਅੱਗ ਦੇ ਜਿੱਥੇ ਅੱਗ ਲੱਗੀ ਉੱਥੇ ਨੀਚੇ ਖੜਿਆ ਸੀ ਜੇ ਕਿਤੇ ਮੌਕੇ 'ਤੇ ਨਾ ਅੱਗ ਬੁਝਾਈ ਜਾਂਦੀ ਜਾਂ ਅੱਗ ਉੱਤੇ ਕਾਬੂ ਨਾ ਪਾਇਆ ਜਾਂਦਾ ਤਾਂ ਟਰੈਕਟਰ ਵੀ ਜਿਹੜਾ ਇਹਨਾਂ ਦਾ ਜਲ ਕੇ ਸਵਾਹ ਹੋ ਜਾਂਦਾ ਸੀ ਕਿੰਨੇ ਹਜ਼ਾਰ ਦਾ ਨੁਕਸਾਨ ਹੋ ਗਿਆ ਤੁਹਾਡਾ ਮੇਰਾ ਤਾਂ ਜੀ ਨੁਕਸਾਨ ਤਾਂ ਮੇਰਾ ਸਾਰੀ ਵੈਸੇ 2 ਲੱਖ ਰੁਪਈਏ ਦਾ ਹੈਗਾ ਹਾਂ ਮਕਾਨ ਵੀ ਗਿਆ ਲਗਾਤਾਰ ਅੱਗ ਲੱਗਣ ਦੀਆਂ ਘਟਨਾਵਾਂ ਕਣਕ ਦੀ ਫਸਲ ਦੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਇਸ ਨੂੰ ਲੈ ਕੇ ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਥੇ ਕਿ ਦਰਦ ਭਰੀ ਖਬਰ ਹੈ ਇੱਕ ਕਿਸਾਨ ਨੇ ਠੇਕੇ 'ਤੇ ਜ਼ਮੀਨ ਲੈ ਕੇ ਕਣਕ ਦੀ ਫਸਲ ਪਾਲੀ ਉਸ ਤੋਂ ਬਾਅਦ ਮੰਡੀ ਦੇ ਵਿੱਚ ਗਰਾਈ ਪਰ ਜੋ ਉਸ ਕਣਕ ਦੀ ਫਸਲ ਰਾਹੀਂ ਤੂੜੀ ਬਣੀ ਸੀ ਪਸ਼ੂਆਂ ਵਾਸਤੇ ਚਾਰਾ ਸੀ ਪਰ ਉਸੇ ਤੂੜੀ ਨੂੰ 3 ਏਕੜ ਦੀ ਤੂੜੀ ਨੂੰ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਉਸੇ ਨੂੰ ਅੱਗ ਲੱਗ ਗਈ ਰਾਤ ਦੱਸਿਆ ਜਾ ਰਿਹਾ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਤੂੜੀ ਨੂੰ ਅੱਗ ਲਾ ਦਿੱਤੀ ਤਾਂ ਨੁਕਸਾਨ ਇੰਨਾ ਹੋ ਗਿਆ ਕਿ ਇੱਥੇ ਟਰੈਕਟਰ ਵੀ ਖੜਿਆ ਸੀ ਟਰੈਕਟਰ ਨੂੰ ਵੀ ਜਿਹੜਾ ਅੱਗ ਲੱਗਣ ਤੋਂ ਬਹੁਤ ਮੁਸ਼ਕਲ 'ਤੇ ਬਚਾਇਆ ਅਤੇ ਨਾਲ ਦੀ ਨਾਲ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ 1 ਏਕੜ ਦੀ ਜਿਹੜੀ ਤੁਹਾਨੂੰ ਦੱਸਦੇ 3 ਏਕੜ ਦੀ ਜਿਹੜੀ ਤੂੜੀ ਸੀ ਇੱਥੇ ਜਿਹੜੀ ਇਸ ਕਮਰੇ ਦੇ ਵਿੱਚ ਜਿੱਦਾਂ ਗੱਲ ਕਰੀਏ ਤਾਂ ਇਸ ਕਮਰੇ ਦੇ ਵਿੱਚ ਤੂੜੀ ਭਰੀ ਹੋਈ ਸੀ ਪਰ ਰਾਤ ਦੱਸਿਆ ਜਾ ਰਿਹਾ ਕਿ ਰਾਤ 12-1 ਵਜੇ ਇਸ ਕਿਸਾਨ ਨੇ ਤੂੜੀ ਭਰ ਕੇ ਆਪਣੇ ਜਦੋਂ ਘਰ ਨੂੰ ਗਏ ਨੇ ਤਾਂ ਉਸ ਤੋਂ ਬਾਅਦ ਇੱਥੇ ਅੱਗ ਲੱਗਣ ਦੀਆਂ ਲਪਟਾਂ ਨਿਕਲੀਆਂ ਅਤੇ ਨਜ਼ਦੀਕ ਦੇ ਜਿਹੜੇ ਪੜੋਸੀ ਨੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਰਾਤ ਤੁਹਾਡੇ ਇੱਥੇ ਅੱਗ ਲੱਗ ਗਈ ਜਦੋਂ ਮੌਕੇ 'ਤੇ ਕਿਸਾਨ ਪਹੁੰਚਦੇ ਤਾਂ ਇਹ ਕਮਰਾ ਵੀ ਗਿਰ ਜਾਂਦਾ ਉਸ ਅੱਗ ਦੀ ਲਪੇਟ ਦੇ ਕਾਰਨ ਅਤੇ ਨਾਲ ਦੀ ਨਾਲ ਦੱਸ ਦਿੰਦੇ ਹਾਂ ਕਿ ਤੂੜੀ ਵੀ ਤੁਸੀਂ ਨਜ਼ਰ ਮਾਰੋ ਤਾਂ ਇੱਥੇ ਸਾਹਮਣੇ ਪਸ਼ੂਆਂ ਵਾਸਤੇ ਫੀਟ ਪਈ ਸੀ ਇਹ ਵੀ ਜਿਹੜੀ ਸਾਰੀ ਖਰਾਬ ਹੋ ਗਈ ਕਿਉਂਕਿ ਅੱਜ ਕੱਲ੍ਹ ਪਸ਼ੂ ਪਾਲਣੇ ਹੀ ਬੜੇ ਮੁਸ਼ਕਲ ਹੈ ਜਦੋਂ ਚਾਰਾ ਵੀ ਮਹਿੰਗਾ ਹੋਵੇ ਦੂਜੇ ਪਾਸੇ ਫੀਡ ਵੀ ਮਹਿੰਗੀ ਹੋਵੇ ਉੱਪਰੋਂ ਤੂੜੀ ਸੜ ਗਈ ਉੱਪਰੋਂ ਤੁਸੀਂ ਇਹ ਦੇਖੋ ਕਿ ਜਿਹੜੇ ਕੱਸੀਆਂ ਤੰਗਲੀਆਂ ਸਾਰਾ ਕੁਛ ਆਹ ਦੇਖੋ ਆਹ ਸੜ ਕੇ ਸਾਰਾ ਸਵਾਹ ਹੋ ਗਿਆ ਕਿ ਅੱਜ ਇੱਕ ਦੁੱਖ ਭਰੀ ਸਪਰੇਅ ਵਾਲਾ ਪੰਪ ਵੀ ਜਲ ਗਿਆ ਆਹ ਲਓ ਜੀ ਸਪਰੇਅ ਵਾਲਾ ਪੰਪ ਵੀ ਜਲ ਗਿਆ ਤੁਸੀਂ ਦੇਖੋ ਕਿ ਇੰਨੀ ਭਿਆਨਕ ਅੱਗ ਸੀ ਕਿ ਸਪਰੇਅ ਵਾਲਾ ਪੰਪ ਕੀ ਤੰਗਲੀਆਂ ਕੀ ਸਾਰਾ ਕੁਝ ਜਲ ਕੇ ਸਵਾਹ ਹੋ ਗਿਆ ਅੱਛਾ ਕਿੰਨੇ ਕੁ ਵਜੇ ਦੀ ਪਤਾ ਲੱਗਿਆ ਕਿ ਤੁਹਾਨੂੰ ਕਿ ਅੱਗ ਲੱਗ ਗਈ ਇੱਥੇ ਹਰ ਕਿੰਨੇ ਏਕੜ ਜੀ 2:15 ਵਜੇ ਲੱਗਿਆ ਜੀ ਸਾਨੂੰ ਪਤਾ ਅੱਛਾ ਹਾਂਜੀ ਅਸੀਂ 12 ਵਜੇ ਅਸੀਂ ਗਏ 2:15 ਵਜੇ ਸਾਨੂੰ ਇੱਕ ਪ੍ਰੇਮੀ ਦੁੱਧ ਲੈਂਦਾ ਤਾ ਮੇਰੇ ਤੋਂ ਮੇਰਾ ਫੋਨ ਤਾ ਉਹਨੇ ਫੋਨ ਕਰਿਆ ਜੀ ਵੀ ਆ ਜਾ ਤੇਰੇ ਬਾੜੀ 'ਚ ਅੱਗ ਲੱਗੀ ਵੀ ਫਿਰ ਅਸੀਂ ਆਏ 3 ਏਕੜ ਦੀ ਜਿਹੜੀ ਤੂੜੀ ਸੀ 3 ਏਕੜ ਦੀ 3 ਹਾਂ ਜ਼ਮੀਨ ਠੇਕੇ ਤੇ ਆਪਣੀ ਸੀ ਠੇਕੇ ਤੇ ਚਾਹੇ ਇਨਕੁਆਰੀ ਵੀ ਕਰ ਦਿਓ ਜੀ ਅੱਛਾ ਹਾਂ ਕਿੰਨੇ ਹਜ਼ਾਰ ਨੂੰ ਠੇਕੇ ਵੇਲੇ ਠੇਕੇ ਪਰ 35,000 ਨੂੰ ਕਿੱਦਾਂ ਹਾਂਜੀ ਅੱਛਾ ਹਮੇਸ਼ਾ ਅੱਗ ਲੱਗਣ ਦੀਆਂ ਸ਼ਾਰਟ ਸਰਕਟ ਨਾਲ ਕਿਹਾ ਜਾਂਦਾ ਕਿ ਬਿਜਲੀ ਤਾਰਾਂ ਨਾਲ ਅੱਗ ਲੱਗ ਗਈ ਪਰ ਇੱਥੇ ਤਾਂ ਕੋਈ ਬਿਜਲੀ ਤਾਰ ਵੀ ਨਹੀਂ ਨਿਕਲ ਰਹੀ ਕੋਈ ਤਾਰ ਨਹੀਂ ਦੀ ਕੋਈ ਸ਼ਰਾਰਤ ਹੀ ਸ਼ਰਾਰਤ ਕਰ ਗਿਆ ਹੁਣ ਕਹਿ ਸਕਦੇ ਨੇ ਜੀ ਕਿ ਜਦ ਜਦੋਂ ਪਤਾ ਲੱਗਦਾ ਹੈ ਕਿ ਅੱਗ ਲੱਗ ਗਈ ਕਿੰਨਾ ਕੁ ਦੁੱਖ ਹੋਇਆ ਬੜਾ ਦੁੱਖ ਹੋਇਆ ਜੀ ਕੀ ਕਰ ਰਿਹਾ ਰੋਣਾ ਆਇਆ ਫਿਰ ਮੇਰੇ ਕੋਲ ਤੁਸੀਂ ਦੇਖੋ ਕਿ ਭਾਵੁਕ ਹੋ ਗਏ ਨੇ ਬਾਬਾ ਜੀ ਕਿਉਂਕਿ ਜਿਨ੍ਹਾਂ ਨੇ ਬੜੀ ਮੁਸ਼ਕਲ ਦੇ ਨਾਲ ਫਸਲ ਪਾਲੀ ਹੈ 35,000 ਠੇਕੇ ਨੂੰ ਲੈ ਕੇ ਜ਼ਮੀਨ ਜਿਹੜੀ ਉਸਦੇ ਵਿੱਚ ਫਸਲ ਉਗਾਈ ਉਸ ਤੋਂ ਬਾਅਦ ਜਦੋਂ ਕਣਕ ਕੱਟ ਕੇ ਉਹਦੀ ਤੂੜੀ ਬਣਾ ਕੇ ਘਰ ਲੈ ਕੇ ਆਏ ਤਾਂ ਇੱਥੇ ਕਿਸੇ ਸ਼ਰਾਰਤੀ ਅਨਸਰ ਨੇ ਉਸ ਤੂੜੀ ਨੂੰ ਅੱਗ ਲਾ ਦਿੱਤੀ ਤਾਂ ਉਸ ਤੋਂ ਬਾਅਦ ਕਿਵੇਂ ਬੁਝਾਈ ਫਿਰ ਅੱਗ ਅੱਗ ਜੀ ਪਹਿਲਾਂ ਅਸੀਂ ਆਪ ਬੁਝਾਉਂਦੇ ਰਹੇ ਫਿਰ ਥਾਣੇ ਵਾਲਿਆਂ ਨੂੰ ਫੋਨ ਕਰਿਆ ਪਹਿਲਾਂ ਉਹਨਾਂ ਨੇ ਚੱਕਿਆ ਨਹੀਂ ਫਿਰ ਉਹਨਾਂ ਨੇ ਚੱਕ ਲਿਆ ਫਿਰ ਅਸੀਂ ਬੁਝਾਉਂਦੇ ਵੀ ਰਹੇ ਬਾਲਟੀਆਂ ਨਾਲਾਂ 'ਚ ਬੱਚਾ ਕੋਲ ਤਾਂ ਸਾਡਾ
ਬਝਾਉਂਦੇ ਰਹੇ। ਫਿਰ ਗੱਡੀ ਸਾਨੂੰ ਮੁੱਲਾਂ ਬਰਾਲੇ ਮੁਨਸੀ ਨੇ ਖੈੜ ਤੇ ਮਨਜ਼ੂਰ ਕਰਕੇ ਫੋਨ ਕਰਦੇ ਵੀ ਗੱਡੀ ਆ ਰਹੀ। ਉਹ ਵਿਚਾਰੇ ਫਿਰ ਡੇਢ ਦੋ ਘੰਟੇ ਬਾਅਦ ਖੈੜ ਤੇ ਆਏ, ਟਾਈਮ ਤਾਂ ਲੱਗਣਾ ਹੀ ਤਾ। ਵਾ ਫਿਰ ਉਸਨੇ ਬਝਾਈ ਚੰਗੀ ਤਰ੍ਹਾਂ ਜੀ, ਫਿਰ ਉਹ ਗਏ। ਟਰੈਕਟਰ ਇਹੀ ਸੀ, ਆਹ ਟਰੈਕਟਰ ਸੀ। ਅੱਛਾ, ਆਹ ਟਰੈਕਟਰ ਦੱਸਿਆ ਜਾ ਰਿਹਾ ਕਿ ਅੱਗ ਦੀ ਲਪੇਟ ਦੇ ਵਿੱਚ ਆ ਗਿਆ ਸੀ, ਜਦੋਂ ਇਹ ਟਰੈਕਟਰ ਉਸ ਅੱਗ ਦੇ ਜਿੱਥੇ ਅੱਗ ਲੱਗੀ ਉੱਥੇ ਨੀਚੇ ਖੜਿਆ ਸੀ। ਜੇ ਕਿਤੇ ਮੌਕੇ 'ਤੇ ਨਾ ਅੱਗ ਬੁਝਾਈ ਜਾਂਦੀ ਜਾਂ ਅੱਗ ਉੱਤੇ ਕਾਬੂ ਨਾ ਪਾਇਆ ਜਾਂਦਾ ਤਾਂ ਟਰੈਕਟਰ ਵੀ ਜਿਹੜਾ ਇਹਨਾਂ ਦਾ ਜਲ ਕੇ ਸਵਾਹ ਹੋ ਜਾਣਾ ਸੀ। ਫਿਰ ਉਸ ਤੋਂ ਬਾਅਦ ਫਾਇਰ ਗ੍ਰੇਡ ਦੀ ਗੱਡੀ ਆਈ ਫਿਰ? ਹਾਂਜੀ ਬਰਗ, ਹਾਂਜੀ ਖੈੜ ਤੋਂ ਆਈ। ਕਿੰਨੇ ਵਜੇ ਤੱਕ ਫਿਰ ਬੁਝਾਈ ਅੱਗ? ਉਹਨੇ ਮੇਰੇ ਖਿਆਲ ਟਾਈਮ ਤਾਂ ਮੈਨੂੰ ਪਤਾ ਨਹੀਂ ਵੀ ਉਹ ਮਤਲਬ ਕੈਂ ਵਜੇ ਆਈ, ਮੈਂ ਦੇਖਿਆ ਨਹੀਂ, ਪਰ ਉਹ ਘੰਟਾ ਲਾ ਗਏ ਜੀ। ਅੱਛਾ, ਐਨ ਬੁਝਾ ਕੇ ਫਿਰ ਗਏ ਹੈ। ਕਿੰਨੇ ਕਿੰਨੇ ਹਜ਼ਾਰ ਦਾ ਨੁਕਸਾਨ ਹੋ ਗਿਆ ਤੁਹਾਡਾ? ਮੇਰਾ ਤਾਂ ਜੀ ਨੁਕਸਾਨ ਤਾਂ ਮੇਰਾ ਸਾਰੀ ਵੈਸੇ 2 ਲੱਖ ਰੁਪਈਏ ਦਾ ਹੈਗਾ। ਹਾਂ, ਮਕਾਨ ਵੀ ਗਿਆ ਮੇਰਾ। ਮਕਾਨ ਜਿਹੜਾ ਕੱਚਾ ਸੀ ਇਹ ਵੀ ਜਲ ਗਿਆ। ਆਹ ਤੁਸੀਂ ਦੇਖੋ ਕਿ ਜਿਹੜਾ ਬਾਲਿਆਂ ਦਾ ਕੱਚਾ ਮਕਾਨ ਸੀ ਉਹ ਵੀ ਜਲ ਗਿਆ। ਇਹ ਦੇਖੋ, ਅੱਜ ਦੁੱਖ ਭਰੀ ਕਹਾਣੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਕਿਉਂਕਿ ਇੱਕ ਪਾਸੇ ਖੁਸ਼ੀ ਦਾ ਦਿਹਾੜਾ ਹੁੰਦਾ ਜਦੋਂ ਕਿਸਾਨ ਦੀ ਫਸਲ ਪੱਕਦੀ ਹੈ, ਕਣਕ ਮੰਡੀਆਂ ਦੇ ਵਿੱਚ ਗਰਾਈ ਜਾਂਦੀ ਹੈ, ਪਰ ਦੂਜੇ ਪਾਸੇ ਉਹੀ ਕਿਸਾਨ ਦੀ ਫਸਲ ਦੀ ਤੂੜੀ ਨੂੰ ਅੱਗ ਲੱਗ ਕੇ ਅੱਜ ਇੱਕ ਐਡਾ ਵੱਡਾ ਨੁਕਸਾਨ ਹੋਇਆ ਕਿ ਅੱਖਾਂ ਦੇ ਵਿੱਚ ਉਸ ਕਿਸਾਨ ਦੇ ਹੰਝੂ ਨਹੀਂ ਰੁਕ ਰਹੇ। ਤੁਸੀਂ ਦੇਖੋ ਕਿ ਇੱਕ ਕੱਚਾ ਮਕਾਨ ਤੂੜੀ ਵਾਸਤੇ ਬਣਾਇਆ ਸੀ, ਪਰ ਉਸੇ ਕਿਸੇ ਸ਼ਰਾਰਤੀ ਅਨਸਰ ਨੇ ਇਸ ਨੂੰ ਅੱਗ ਲਾ ਦਿੱਤੀ, ਅਤੇ ਉਸ ਅੱਗ ਲਾਉਣ ਦੇ ਕਾਰਨ ਇਹਦਾ ਉਸ ਇੱਕ ਮਕਾਨ ਵੀ ਖਤਮ ਹੋ ਗਿਆ, ਅਤੇ ਨਾਲ ਦੀ ਨਾਲ ਤੂੜੀ ਵੀ ਜਿਹੜੇ ਦੱਸਿਆ ਜਾ ਰਿਹਾ 1.5 ਲੱਖ ਰੁਪਏ ਦੀ, ਉਹ ਵੀ ਖਤਮ ਹੋ ਗਈ। ਬੜੇ ਮੁਸ਼ਕਲ ਦੇ ਨਾਲ ਮਕਾਨ ਬਣਾਇਆ ਸੀ ਇਹ ਕੱਚਾ ਕਿ ਆਪਣੇ ਪਸ਼ੂਆਂ ਵਾਸਤੇ ਤੂੜੀ ਦਾ ਇੰਤਜ਼ਾਮ ਕਰਨ ਵਾਸਤੇ, ਪਰ ਬੜਾ ਨੁਕਸਾਨ ਹੋ ਗਿਆ। ਅਤੇ ਫੀਡ ਵੀ ਸੀ ਇਹਦੇ 'ਚ ਪਸ਼ੂਆਂ? 7 ਥੈਲੇ ਤੇ ਜੀ, 7। ਹਾਂ, ਬਾਕੀ ਆ ਫਿਰ ਤੂੜੀ ਪਰ ਮੈਂ 25,000 ਭਈਆਂ ਨੂੰ ਦਿਆ ਜੀ, 8.5 ਨੂੰ 1 ਏਕੜ ਵੱਢਿਆ ਉਹਨਾਂ ਨੇ, 8 ਦਿਆ 24-25,000 ਭਈਆਂ ਕਾ ਹੋ ਗਿਆ, ਅਤੇ 2,500 ਰੁਪਇਆ ਹੜੰਬੇ ਵਾਲੇ ਨੂੰ ਦਿਆ। ਮੇਰਾ ਖਿਆਲ ਦੇਖ ਲਓ ਵੀ ਮੇਰਾ 30-35,000 ਰੁਪਇਆ ਮੈਂ ਹੁਣ ਦਿਆ ਜੀ ਉਹਨਾਂ ਨੂੰ। ਦੁਸ਼ਮਣੀ ਲੱਗਦੀ ਕਿਸੇ ਨਾਲ? ਕੋਈ ਦੁਸ਼ਮਣ ਕੋਈ ਇੱਦਾਂ ਦਾ ਹੋਈ ਲੜਾਈ ਝਗੜਾ ਹੋਈ? ਹੁੰਦੇ ਹੀ ਆ ਜੀ, ਚਲਾ ਹਾਂ ਹੁੰਦੇ ਆ। ਸ਼ੱਕ ਲੱਗਦੀ ਕਿਸੇ ਤੋਂ? ਸ਼ੱਕ ਵੀ ਹੁਣ ਕਿਆ ਕਰਿਆ, ਹੁਣ ਕਹਿ ਨਹੀਂ ਸਕਦੇ ਅਗਲਾ, ਤਾਂ ਦੇਖਿਆ ਮੈਨੂੰ, ਮੈਂ ਨੇਮ ਕਰ ਦਿੰਦਾ, ਐਂ ਕਹਿ ਦਿੰਦੇ ਆਈ ਕਿਹੜੇ ਪਾਸੋਂ? ਇੱਧਰੋਂ ਲੱਗੀ ਅੱਗ? ਆਹ ਤੁਸੀਂ ਦੇਖੋਗੇ ਇੱਥੇ ਨਾ ਸਾਹਮਣੇ ਕੱਚਾ ਇਹ ਛੱਤ ਪਈ ਹੋਈ ਸੀ, ਇੱਥੇ ਪਰਲੇ ਪਾਸੇ ਦੀ ਅੱਗ ਆਈ, ਪਰਲੇ ਪਾਸੇ ਤੋਂ ਅੱਗ ਆਈ। ਅੱਛਾ, ਤੇ ਮਤਲਬ ਕਿਸੇ ਦੇ ਸ਼ੱਕ ਜੇ ਮਤਲਬ ਕਿ ਕਹਿ ਨਹੀਂ ਸਕਦੇ? ਨਹੀਂ, ਹਾਂ ਹੁਣ ਤਾਂ ਦੇਖਿਆ ਨਹੀਂ, ਅਗਲਾ ਕਹਿੰਦਾ ਮੈਂ ਦੇਖਿਆ ਨਹੀਂ, ਤੂੰ ਮੈਨੂੰ ਐਂ ਦੱਸ। ਦੁਸ਼ਮਣੀ ਲੱਗਦੀ ਕੱਢੀ? ਹਾਂ, ਚਲੋ ਹੁੰਦੇ 5-4 ਹੁੰਦੇ ਪਿੰਡ 'ਚ, ਹਾਂਜੀ ਹਾਂ, ਐਸੀ ਬਾਤ ਹੈ ਵੀ ਹੈ ਤਾਂ ਇਹ ਸ਼ਰਾਰਤ, ਹੁਣ ਦੇਖਿਆ ਹੈ ਨਹੀਂ ਕੋਈ, ਮੈਂ ਹੈ ਨਹੀਂ ਤਾਂ ਨਾ ਅਸੀਂ ਚੱਲੇ ਗਏ। ਕੈਮਰੇ ਕੁਮਰੇ ਨਹੀਂ ਲੱਗੇ ਇੱਥੇ ਨੇੜੇ? ਕੈਮਰੇ ਤਾਂ ਜੀ ਹੈਗੇ ਆ ਇੱਕ ਹੀ ਨਾ, ਕਰੇ ਕਰੇ ਆ ਉਹ ਦੇਖਿਆ ਕੁਛ? ਹਾਂ, ਉਹਦੇ 'ਚ ਕਰਿਆ ਬਾਈ ਕੈਮਰੇ 'ਚ ਪਤਾ ਕੁਛ? ਦੇਖਿਆ ਨਹੀਂ। ਅੱਛਾ, ਉਹ ਸਾਹਮਣੇ ਕੈਮਰਾ? ਅੱਛਾ, ਉਹ ਲੱਗਿਆ ਹੋਇਆ ਹੈ ਨਾ, ਪਰ ਉਹ ਇਹਨਾਂ ਦੇ ਮੇਰੇ ਖਿਆਲ ਆਰੇ ਵਾਸਤੇ ਹੀ ਹੋਣਾ। ਰਾਤ ਦੇ ਸਮੇਂ 'ਚ ਮਤਲਬ ਉੱਥੇ ਰਾਤ ਦੇ ਤੱਕ ਇੱਥੇ ਤੱਕ ਅਟੈਚ ਨਹੀਂ ਕਰ ਸਕੇ ਗੱਲ। ਅੱਛਾ, ਇੱਧਰ ਨਹੀਂ ਹੈ ਕੋਈ ਕੈਮਰਾ? ਕੋਈ ਨਹੀਂ, ਮਤਲਬ ਇੱਥੇ ਉਸ ਟਾਈਮ ਜਿਸ ਟਾਈਮ ਅੱਗ ਲੱਗੀ ਹਨੇਰਾ ਸੀ, ਇੱਥੇ ਹਨੇਰਾ ਸੀ। ਮੈਂ ਜਿਸ ਤਰੀਕੇ ਨਾਲ ਸ਼ਰਾਰਤੀ ਅਨਸਰ ਕੰਮ ਕਰੇ, ਕੱਲ੍ਹ ਨੂੰ ਲੱਕੜ ਨੂੰ ਵੀ ਨੁਕਸਾਨ ਹੋ ਸਕਦਾ। ਤੁਸੀਂ ਦੇਖੋ ਕਿ ਜਿਹੜੀ 1,00,000 ਰੁਪਏ ਦੀ ਲੱਕੜੀ ਪਈ ਹੈ ਇਹ ਅੱਗ ਦੀ ਲਪੇਟ ਦੇ ਕਾਰਨ ਜਿਹੜਾ ਨਾਲ ਆ ਰਿਹਾ, ਇੱਥੇ ਹੀ ਵੱਡਾ ਨੁਕਸਾਨ ਹੋ ਜਾਣਾ ਤਾਂ ਆਰੇ ਵਾਲਿਆਂ ਦਾ, ਅਤੇ ਆਰੇ ਵਾਲਿਆਂ ਦੀ ਸੁੱਕੀ ਲੱਕੜ ਇਹ ਵੀ ਜਲ ਕੇ ਸਵਾਹ ਜਾਣੀ। ਪਰ ਸਭ ਤੋਂ ਵੱਡਾ ਨੁਕਸਾਨ ਉਸ ਕਿਸਾਨ ਦਾ ਹੋਇਆ ਕਿ ਜਿਹਨੇ 35,000 ਠੇਕੇ ਨੂੰ ਲਈ ਸੀ, ਅਤੇ ਹੁਣ ਗੱਡੀ ਰੋਡ 'ਤੇ ਕਿਵੇਂ ਆਏਗੀ? ਜਿਵੇਂ 2 ਲੱਖ ਰੁਪਏ ਨੁਕਸਾਨ ਹੋ ਗਿਆ, ਫਿਰ ਠੇਕੇ ਵਾਲਿਆਂ ਨੂੰ ਪੈਸੇ ਕਿਵੇਂ ਦਊਂਗੇ ਹੁਣ? ਅਗਲੇ ਸਾਲ ਦੇ ਦੂੰਗਾ ਜੀ, ਹੁਣ ਕਿਆ ਕਰਾਂ। ਹਾਂ, ਮੰਨ ਲੈਂਦੇ ਹੋ, ਮਨ ਟੁੱਟ ਗਿਆ ਇੱਕ ਵਾਰੀ, ਇਹ ਵੀ ਸਵਾਰਨਾ। ਆ ਤੁਸੀਂ ਦੇਖੋ ਕਿ ਅੱਜ ਅੱਖਾਂ ਦੇ ਵਿੱਚ ਹੰਝੂ ਨੇ ਜਿਹੜੇ ਲੋਕ ਦੇਖ ਰਹੇ ਨੇ, ਤੁਹਾਡੇ ਅੰਦਰ ਵੀ ਦਰਦ ਹੈ, ਤੁਹਾਡੇ ਅੰਦਰ ਵੀ ਇਨਸਾਨੀਅਤ ਹੈ। ਖਬਰ ਨੂੰ ਸ਼ੇਅਰ ਕਰੋ, ਸਰਕਾਰਾਂ ਤੱਕ ਪਹੁੰਚਾਓ, ਜਿਸ ਕਿ ਕਿਸਾਨਾਂ ਦੀ ਹੋਏ ਨੁਕਸਾਨ ਦਾ ਇਸਦਾ ਮੁਆਵਜ਼ਾ ਮਿਲ ਸਕੇ। ਸਰਕਾਰਾਂ ਹਮੇਸ਼ਾ ਵਾਅਦਾ ਕਰਦੇ ਨੇ ਕਿ ਅਸੀਂ ਗਰੀਬ ਇਨਸਾਨ ਨਾਲ ਖੜ੍ਹੇ ਹਾਂ, ਗਰੀਬ ਕਿਸਾਨ ਨਾਲ ਖੜ੍ਹੇ ਹਾਂ, ਪਰ ਕਿਸੇ ਸ਼ਰਾਰਤੀ ਅਨਸਰ ਨੇ ਇੱਦਾਂ ਦੀ ਦੁਸ਼ਮਣੀ ਕੱਢੀ ਹੈ ਕਿ ਉਸਦੇ ਤੂੜੀ ਵਾਲੇ ਕੋਠੇ ਨੂੰ ਅੱਗ ਲਾ ਤੀ, ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਇਹ ਦੇਖ ਲਓ, 7 ਬੋਰੀਆਂ ਦੱਸਿਆ ਜਾ ਰਿਹਾ ਕਿ ਫੀਡ ਦੀਆਂ ਸੀ, ਉਹ ਵੀ ਖਰਾਬ ਹੋ ਗਈਆਂ। ਨਾਲ ਦੀ ਨਾਲ ਸਪਰੇਅ ਵਾਲਾ ਪੰਪ, ਤੰਗਲੀਆਂ, ਕੱਸੀਆਂ, ਟਰੈਕਟਰ ਨੂੰ ਵੀ ਅੱਗ ਲੱਗ ਗਈ ਸੀ। ਇਹ ਬਹੁਤ ਮੁਸ਼ਕਲ ਨੂੰ ਜਿਹੜਾ ਅੱਗ 'ਤੇ ਕਾਬੂ ਪਾਇਆ, ਜਿਹਦੇ ਕਾਰਨ 2 ਲੱਖ ਰੁਪਏ ਦਾ ਇਸ ਕਿਸਾਨ ਦਾ ਨੁਕਸਾਨ ਹੋ ਗਿਆ। ਪਰ ਸਰਕਾਰ ਤੋਂ ਲੱਗਦੀ ਤੁਹਾਨੂੰ ਉਮੀਦ ਕਿ ਕਿਤੇ ਨਾ ਕਿਤੇ ਜਿਹੜਾ ਮੁਆਵਜ਼ਾ ਦੇ ਦੇਣਗੇ? ਮੈਂ ਤੁਹਾਨੂੰ ਸਰਕਾਰ ਨੂੰ ਬੇਨਤੀ ਕਰਦਾ, ਅਰਦਾਸ ਕਰਦਾ, ਮੇਰੀ ਸੁਣਿਆ, ਮੈਨੂੰ ਦਿਆ ਜਾਵੇ। ਪੁਲਿਸ ਵੱਲੋਂ ਕੋਈ ਰਿਪੋਰਟ ਬਣਾਈ ਗਈ ਜਿਹੜੀ ਅੱਗੇ ਭੇਜੀ ਜਾਵੇ ਸਰਕਾਰ ਨੂੰ? ਤਾਂ ਵੈਸੇ ਹੁਣ ਕਹਿ ਗਈ ਤੀ, ਨੰਬਰ ਦੇ ਗਈ ਤੀ ਜੀ ਆਪਣਾ, ਵੀ ਅਸੀਂ ਕੋਸ਼ਿਸ਼ ਕਰੂੰਗੇ। ਮੈਂ ਕਿਹਾ ਤਾਂ ਉਹਨਾਂ ਨੂੰ, ਆਪ ਵੀ ਕਹਿੰਦੇ ਵੀ ਕੋਸ਼ਿਸ਼ ਕਰੂੰਗੇ ਅਸੀਂ, ਵੈਸੇ
लगातार अग दी घटनावां वापर रहियां ने, पर इन्हां घटनावां दे कारण कई लोग अपनी जिद्दां भी कढ़दे ने, अपनी दुश्मनियां भी कढ़दे ने, पर हमेशा खेतां दे विच तुसीं अग लगदी कणक नूं देखी होएगी बिजली सर्किट दे नाल, पर दस्या जांदा है कि बिल्कुल घरां दे विच तूड़ी रात 3 एकड़ दी भर के कमरे दे विच भरी, ते रात नूं जदों इह किसान मजदूर इत्थों जांदे ने अपने घर सौण, उस तो बाद 1-2 घंटे बाद पता लगता कि थोड़े उस तूड़ी वाले कमरे नूं भयानक अग लग गई, ते मौके ते ट्रैक्टर सी, मौके ते सारा समान इत्थे पिया सी, कच्चा जिहड़ा ਇਹ ਕਮਰਾ ਬਣਾ ਹੋਇਆ ਸੀ ਉਸ ਕਮਰੇ ਨੂੰ ਅੱਗ ਲੱਗਣ ਦੇ ਕਾਰਨ ਵੱਡਾ ਨੁਕਸਾਨ ਹੋ ਗਿਆ, 2 ਲੱਖ ਰੁਪਏ ਨੁਕਸਾਨ ਦੱਸਿਆ ਜਾ ਰਿਹਾ। ਪਰ ਇੱਦਾਂ ਦੀਆਂ ਦੁਸ਼ਮਣੀਆਂ ਕੱਢਣ ਵਾਲਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਬੜੇ ਮੁਸ਼ਕਲ ਦੇ ਨਾਲ ਪੁੱਤਾਂ ਵਾਂਗੂ ਕਿਸਾਨ ਦੀ ਫਸਲ ਪਾਲੀ ਹੁੰਦੀ ਹੈ, ਉਹ ਵੀ 35,000 ਠੇਕੇ 'ਤੇ ਲੈ ਕੇ ਇਸ ਇਨਸਾਨ ਨੇ ਬੜੀ ਮੁਸ਼ਕਲ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਾ ਕਰਨਾ ਸੀ, ਪਰ ਹੁਣ ਫਿਰ ਉਹੀ ਆਸ ਹੈ ਕਿ ਅਗਲੇ ਸਾਲ ਫਿਰ ਉਹ ਜਿਹੜਾ ਨਾਲ ਦੀ ਨਾਲ ਲਈ ਹੋਈ ਹੈ ਲੀਜ਼ 'ਤੇ, ਨਾਲ ਦੀ ਨਾਲ ਕਰਜ਼ੇ 'ਤੇ ਲਈ ਹੋਈ ਹੈ ਉਹ ਜ਼ਮੀਨ, ਤਾਂ ਮੁੜ ਤੋਂ ਫਿਰ ਮਿਹਨਤ ਕਰਾਂਗਾ, ਫਿਰ ਜਾ ਕੇ ਮਿਹਨਤ ਦੇ ਨਾਲ ਆਪਣੇ ਬੱਚਿਆਂ ਨੂੰ ਪਾਲਾਂਗਾ। ਪਰ ਵੱਧ ਤੋਂ ਵੱਧ ਸ਼ੇਅਰ ਕਰਿਓ, ਸਰਕਾਰਾਂ ਤੱਕ ਖਬਰ ਪਹੁੰਚਣੀ ਚਾਹੀਦੀ ਹੈ, ਕਿਤੇ ਨਾ ਕਿਤੇ ਜਿਹੜੇ ਸਮਾਜ ਦਰਦੀ ਨੇ ਦੇਸ਼ਾਂ ਵਿਦੇਸ਼ਾਂ 'ਚ ਦੇਖ ਰਹੇ ਨੇ, ਉਹ ਵੀ ਇਸ ਇਨਸਾਨ ਦੀ ਮਦਦ ਜ਼ਰੂਰ ਕਰਨ, ਜਿਹਦੇ ਨਾਲ ਕਿ ਇਹਨਾਂ ਨੂੰ ਘਾਟਾ ਜਿਹੜਾ ਇੱਕ ਵੱਡਾ ਪਿਆ, ਜਿਸਦੇ ਕਾਰਨ ਅੱਜ ਦੁੱਖਾਂ ਦਾ ਪਹਾੜ ਇਹਨਾਂ ਦੇ ਟੁੱਟੇ ਹੈ, ਤਾਂ ਹਰ ਇਨਸਾਨ ਆਪਣਾ ਫਰਜ਼ ਸਮਝ ਕੇ ਇਸ ਦੇ ਦੁੱਖਾਂ ਦੇ ਵਿੱਚ ਸ਼ਰੀਕ ਜ਼ਰੂਰ ਹੋਵੇ, ਜਿਹਦੇ ਨਾਲ ਕਿ ਇਹਦਾ ਦੁੱਖ ਘੱਟ ਸਕੇ। ਤੁਹਾਡੇ ਨਾਲ ਕੈਮਰਾਮੈਨ ਸੁਮਿਤ ਦੇ ਨਾਲ ਹਰਤੇਜ ਸਿੰਘ ਤੇਜੀ, HN1 ਨਿਊਜ਼।